ਸ਼੍ਰੀਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਫੇਮਸ ਸਿੰਗਰ, ਲਿਰਿਸਿਸਟ ਅਤੇ ਹੁਣ ਐਕਟਿੰਗ ਵੀ ਕਰਨ ਵਾਲੇ ਨੇ, ਹੈਪੀ ਰਾਈਟਰ ਜੀ। ਹੈਪੀ ਭਾਅ ਜੀ, ਵੈਲਕਮ ਟੂ ਪੰਜਾਬੀ ਮੇਨੀਆ। ਥੈਂਕ ਯੂ ਭਾਅ ਜੀ, ਥੈਂਕ ਯੂ ਭਾਅ ਜੀ। ਸਭ ਤੋਂ ਪਹਿਲਾਂ ਤੁਹਾਡੀ ਫਿਲਮ ਆ ਰਹੀ ਹੈ ਟੇਸ਼ਨ 23 ਸਪਟੈਂਬਰ ਨੂੰ, ਫਿਲਮ ਬਾਰੇ ਜਾਣਨਾ ਚਾਹਾਂਗੇ ਵੀ ਮੂਵੀ ਕਿੱਦਾਂ ਦੀ ਹੈ, ਕੀ ਹੈ ਮੂਵੀ। ਹਾਂਜੀ, ਸਾਰਿਆਂ ਤੋਂ ਪਹਿਲਾਂ ਸਾਡੇ ਸਾਰੇ ਚਾਹੁਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲੀ ਫਿਲਮ ਆ ਰਹੀ ਹੈ ਜੀ ਟੇਸ਼ਨ। ਫਿਲਮ ਵੀ ਹੈਗੀ ਥੋੜ੍ਹੀ ਸਿੱਧੀ ਸਾਦੀ ਕਹਾਣੀ ਹੈ ਜੀ, ਜਿੱਦਾਂ ਦੀ ਆਮ ਸੁਧਾਰਨ, ਥੋੜ੍ਹੇ ਜਿਹੇ ਇੱਕ ਪਛੜੇ ਪਿੰਡ ਦਾ ਮੁੰਡਾ। ਅੱਛਾ। ਅਤੇ ਜਿੱਥੇ ਫੋਨ ਦਾ ਨੈਟਵਰਕ ਵੀ ਨਹੀਂ ਹੋਇਆ। ਅੱਛਾ। ਅਤੇ ਉਹ ਪਿੰਡ 'ਚ ਰਹਿੰਦਾ, ਉਹ ਬੜੇ ਜਿੱਥੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਸਾਡੀ ਫਿਲਮ। ਅੱਛਾ। ਜਿੱਦਾਂ ਆਪਾਂ ਹੁਣ ਆਪਾਂ ਸੋਸ਼ਲ ਮੀਡੀਆ ਹੋ ਗਿਆ, ਇੰਨਾ ਜ਼ਿਆਦਾ ਹੋ ਗਿਆ, ਆਪਾਂ ਲਗਭਗ ਤਕਰੀਬਨ ਮੈਨੂੰ ਲੱਗਦਾ ਮੈਂ ਵੀ ਵਿੱਚ ਹੀ ਹਾਂ। ਹਾਂਜੀ। ਜ਼ਿਆਦਾ ਗੱਲਾਂ ਵਟਸਐਪ 'ਤੇ ਹੁੰਦੀਆਂ, ਫੇਸਬੁੱਕ 'ਤੇ, ਇੰਸਟਾ 'ਤੇ, ਹੈ ਨਾ। ਅਤੇ ਉਹ ਕਹਿੰਦਾ ਵੀ ਉਹ ਜਿਹੜਾ ਉਹ ਸਮਾਂ ਸੀ, ਉਹ ਸਮੇਂ 'ਚ ਲੋਕ ਕਹਿੰਦਾ ਵੀ ਘਰ ਕੱਚੇ ਸੀ, ਦਿਲ ਸੱਚੇ ਸੀ, ਹੈ ਨਾ। ਆਪਾਂ ਅਕਸਰ ਪੜ੍ਹਦੇ ਹਾਂ ਇਹ ਲਿਖਿਆ, ਹੈ ਨਾ, ਸਟੇਟਸ ਬਣੇ ਆਉਂਦੇ ਨੇ, ਉਹ ਚੀਜ਼ ਰੀਅਲ 'ਚ ਦਿਖਾਈ ਆ। ਅੱਛਾ। ਵੀ ਸਾਡਾ ਇੱਕ ਜਿਹੜਾ ਪਿੰਡ ਆ ਉਹ ਪੂਰੇ ਪਰਿਵਾਰ ਵਾਂਗੂ ਰਹਿੰਦਾ, ਇੱਥੇ ਤਾਂ ਅੱਜ ਕੱਲ੍ਹ ਵੀ ਪਰਿਵਾਰ ਪਰਿਵਾਰ ਵਾਂਗੂ ਨਹੀਂ ਰਹਿੰਦਾ, ਉੱਥੇ ਪੂਰਾ ਪਿੰਡ ਪਰਿਵਾਰ ਵਾਂਗੂ ਰਹਿੰਦਾ। ਅੱਛਾ। ਇੱਦਾਂ ਦੀ ਕਹਾਣੀ। ਠੀਕ ਹੈ। ਅਤੇ ਭਾਅ ਜੀ, ਇਸ ਮੂਵੀ 'ਚ ਤੁਸੀਂ ਲੀਡ ਰੋਲ ਪਲੇ ਕਰ ਰਹੇ ਹੋ ਟੇਸ਼ਨ ਮੁੰਡੇ ਦਾ ਜੀ, ਥੋੜ੍ਹਾ ਬਹੁਤਾ ਆਪਣੇ ਰੋਲ, ਆਪਣੇ ਕਰੈਕਟਰ ਬਾਰੇ ਦੱਸ ਦਿਓ ਵੀ ਕੀ ਕਰਦਾ ਮੁੰਡਾ, ਕਿੱਦਾਂ ਦਾ ਕਰੈਕਟਰ ਹੈ। ਮੁੰਡਾ ਬੜਾ ਸਿੱਧਾ ਜਿਹਾ ਜੀ ਟੇਸ਼ਨ। ਅੱਛਾ। ਪ੍ਰਿੰਸ ਭਾਈ ਨੇ ਬੜਾ ਵਧੀਆ ਤਰੀਕੇ ਨਾਲ ਲਿਖਿਆ ਟੇਸ਼ਨ ਦਾ ਕਰੈਕਟਰ ਜਿਹੜਾ ਮੇਰਾ। ਸਾਰਾ ਮੇਰਾ ਬਾਪੂ ਟਰੱਕ ਡਰਾਈਵਰ ਆ ਜੀ, ਯੋਗਰਾਜ ਜੀ ਮੇਰੇ ਫਾਦਰ ਸਾਹਿਬ ਦਾ ਰੋਲ ਕਰਦਾ। ਅੱਛਾ। ਅਤੇ ਉਹ ਘਰੇ ਰਹਿੰਦਾ, ਮਾਤਾ ਹੈ ਨਹੀਂ ਗੀ, ਮੌਤ ਦੀ ਡੈਥ ਹੋਈ ਹੈ ਫਿਲਮ ਦੇ ਵਿੱਚ। ਅਤੇ ਪਹਿਲੀ ਵਾਰੀ ਪਹਿਲੇ ਦਿਨ ਜਦੋਂ ਫਿਲਮ ਮੈਂ ਲੱਗਦਾ ਸ਼ੁਰੂ 'ਚ ਹੀ, ਇੱਕ ਕੁੜੀ ਦਾ ਵਿਆਹ ਵਾ। ਅੱਛਾ। ਬਿੱਲੋ ਨਾਮ ਦੀ ਕੁੜੀ ਦਾ ਵਿਆਹ ਵਾ, ਅਤੇ ਉਹਨੂੰ ਕੱਲ੍ਹ ਅੱਜ ਵਿਆਹ ਵਾ, ਅਤੇ ਉਹਨੂੰ ਕੱਲ੍ਹ ਪਤਾ ਲੱਗਿਆ ਕਿ ਉਹਨੂੰ ਪਿਆਰ ਕਰਦਾ। ਅੱਛਾ। ਅਤੇ ਉਹਨੂੰ ਪਿਆਰ ਕਰਦਾ, ਉਹ ਜਦੋਂ ਉਹਨੂੰ ਪੁੱਛਣ ਜਾਂਦੇ, ਉਹ ਕਹਿੰਦੀ ਹੁਣ ਤਾਂ ਤੂੰ ਲੇਟ ਹੋ ਗਿਆ ਵੀ ਬੜਾ, ਅਤੇ ਉੱਥੇ ਉਹਦਾ ਦਿਲ ਟੁੱਟਦਾ। ਫਿਰ ਉਹ ਚੰਡੀਗੜ੍ਹ ਚਲੇ ਜਾਂਦੇ ਆ, ਉਹਨਾਂ ਦਾ ਇੱਕ ਮਿੱਤਰਾ ਪਿੰਡਾ, ਫਿਰ ਅਸ ਸੰਦਵੀਰ ਕਰ ਰਹੇ ਤੇ। ਅੱਛਾ। ਇੱਥੇ ਆਉਂਦੇ ਆ, ਇੱਥੇ ਥੋੜ੍ਹਾ ਜਿਹਾ ਇੱਦਾਂ ਹੀ ਤੁਰਦੇ ਫਿਰਦੇ ਆ। ਉੱਥੇ ਇੱਕ ਕੁੜੀ ਮਿਲਦੀ ਹੈ ਯੂਕੇ ਤੋਂ ਆਈ ਹੁੰਦੀ ਆ, ਉਹਨੂੰ ਦੇਸੀ ਪਸੰਦ ਹੁੰਦੇ। ਅੱਛਾ। ਅਤੇ ਉਹਨੂੰ ਉਹ ਕਰੈਕਟਰ ਪਸੰਦ ਆ ਜਾਂਦਾ ਵਾ, ਬੜਾ ਸਾਫ਼ ਜਿਹਾ ਕਰੈਕਟਰ, ਸਿੱਧਾ ਸਾਦਾ, ਜਿਹੜਾ ਦਿਮਾਗ ਤੋਂ ਘੱਟ ਕੰਮ ਲੈਂਦਾ, ਦਿਲ ਤੋਂ ਸੋਚਦਾ। ਅੱਛਾ। ਅਤੇ ਭਾਅ ਜੀ, ਅਸਲ ਜ਼ਿੰਦਗੀ 'ਚ ਹੈਪੀ ਰਾਏਕੋਟੀ ਦੇ ਟੇਸ਼ਨ ਦੇ ਵਿੱਚ ਕਿੰਨਾ ਕੁ ਅੰਤਰ ਤੁਹਾਨੂੰ ਲੱਗਿਆ? ਕੋਈ ਅੰਤਰ ਨਹੀਂ ਵੀਰੇ, ਮੈਨੂੰ ਤਾਂ ਜਦੋਂ ਮੈਂ ਟੇਸ਼ਨ ਸੁਣਿਆ ਸੀਗਾ ਟੇਸ਼ਨ ਦੇ ਬਾਰੇ, ਮੈਨੂੰ ਉਦੋਂ ਹੀ ਲੱਗਦਾ ਸੀ ਮੇਰੇ ਵਰਗੀ ਫਿਲਮ ਆ। ਅੱਛਾ। ਕਿਉਂਕਿ ਮੈਂ ਇਕੱਲਾ ਹਮੇਸ਼ਾ, ਮੈਂ ਬਹੁਤ, ਮੈਨੂੰ ਲੱਗਦਾ 4 ਸਾਲ ਹੋ ਗਏ ਮੈਨੂੰ ਹੁਣ ਤਾਂ ਪ੍ਰੋਫੈਸ਼ਨਲੀ ਇਸ ਫੀਲਡ 'ਚ ਆਏ ਨੂੰ, ਇਕੱਲੇ ਪੈਸੇ ਲਈ ਨਹੀਂ ਕਦੇ ਵੀ ਕੀਤਾ ਜੀ। ਹਾਂਜੀ। ਥੋੜ੍ਹਾ ਹੁਣ ਤੱਕ ਯਾਰੀਆਂ ਨਿਭਾਈਆਂ ਨੇ ਜੀ। ਅੱਛਾ। ਕਾਫੀ ਫਿਲਮਾਂ 'ਚ ਵੀ, ਜੇ ਕੋਈ ਫਿਲਮ 'ਚ ਗਾਣੇ ਵੀ ਕਰਦੇ ਆ ਜਾਂ ਇੱਦਾਂ ਵੀ ਕਰਦੇ ਆ ਕਿਸੇ ਆਰਟਿਸਟ ਨਾਲ ਕੰਮ ਕਰਦੇ ਆ, ਮੈਨੂੰ ਲੱਗਦਾ ਸਾਰੀ ਇੰਡਸਟਰੀ ਜਿੰਨੇ ਵੀ ਮੇਰੇ ਸਾਰੇ ਸਿੰਗਰ ਸੀਨੀਅਰ ਨੇ ਜੀ, ਸਾਰੇ ਇਸ ਚੀਜ਼ ਦੇ ਗਵਾਹ ਹੋਣਗੇ ਕਿ ਇਕੱਲੇ ਪੈਸੇ ਲਈ ਕਦੇ ਕੰਮ ਨਹੀਂ ਕੀਤਾ। ਅੱਛਾ। ਪਿਆਰ ਨਾਲ ਜਦੋਂ ਜਿੱਥੇ ਜਿਹਨੇ ਆਵਾਜ਼ ਮਾਰਦੇ ਉੱਥੇ ਆ ਗਏ। ਠੀਕ ਹੈ ਜੀ। ਭਾਅ ਜੀ, ਆਪਾਂ ਗੱਲ ਕਰਦੇ ਹੁਣ ਫਿਲਮ ਦੇ ਮਿਊਜ਼ਿਕ ਬਾਰੇ। ਸਾਰੇ ਗਾਣੇ ਫਿਲਮ ਦੇ ਹੁਣ ਆਊਟ ਹੋ ਚੁੱਕੇ ਨੇ, ਬਹੁਤ ਵੱਡੇ ਵੱਡੇ ਨਾਮ ਜੁੜੇ ਨੇ ਫਿਲਮ ਦੇ ਨਾਲ, ਤੁਸੀਂ ਹੋ ਗਏ, ਗਾਡੀ ਗਿੱਲ ਭਾਅ ਜੀ, ਗੁਰਗੇਜ਼ ਅਖਤਰ, ਐਮੀ ਵਿਰਕ ਭਾਅ ਜੀ ਨੇ ਵੀ ਗਾਣਾ ਗਾਇਆ, ਅਤੇ ਫਿਲਮ ਦੇ ਮਿਊਜ਼ਿਕ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਵੀ ਫੈਨਸ ਨੂੰ ਵੀ ਕਿੱਦਾਂ ਦੇ ਗਾਣੇ ਨੇ, ਕੀ ਕੀ। ਹਾਂਜੀ, ਫਿਲਮ ਦਾ ਸਾਰਾ ਮਿਊਜ਼ਿਕ ਲਾਡੀ ਗਿੱਲ ਵੀਰ ਨੇ ਕੀਤਾ ਜੀ, ਅਤੇ ਫਿਲਮ ਦੇ ਵਿੱਚ 3 ਗਾਣੇ ਮੇਰੇ ਨੇ, ਗੁਰਰੇਜ਼ ਅਖਤਰ ਜੀ ਨੇ 2 ਗਾਣੇ ਗਾਏ ਨੇ, ਇੱਕ ਮੇਰੇ ਨਾਲ ਜੁੜਾ ਅਤੇ ਇੱਕ ਐਮੀ ਵੀਰ ਨਾਲ ਜੁੜਾ, ਇੱਕ ਮਿਸ ਪੂਜਾ ਜੀ ਦਾ ਗਾਣਾ, ਉਹ ਵੀ ਮੈਂ ਬਹੁਤ ਜ਼ਿਆਦਾ ਬੋਡੀ ਚੈੱਕ ਸੁਣਿਆ। ਅਤੇ ਅਲੱਗ ਅਲੱਗ ਗਾਣੇ ਨੇ ਜੀ ਸਾਰੇ ਗਾਣੇ, ਕੋਈ ਗਾਣਾ ਕਿਸੇ ਨਾਲ ਮੇਲ ਨਹੀਂ ਕਰਦਾ, ਹੈ ਨਾ, ਸਾਰੇ ਗਾਣੇ ਆਪਣੇ ਆਪਣੇ ਰੰਗ ਛੱਡਣਗੇ। ਹੁਣ ਹਾਲ ਵੇ ਐਮੀ ਵਿਰਕ ਵੀਰ ਦਾ ਬਹੁਤ ਸੋਹਣਾ ਗਾਣਾ, ਇੱਕ ਬਹੁਤ ਪੁਰਾਣਾ ਰੰਗ ਆ ਟੱਪੇ ਆ, ਹੈ ਨਾ, ਜੀਤ ਹੈ ਜੀ। ਪੂਜਾ ਜੀ ਦਾ ਇੱਕ ਗਾਣਾ ਬੀਟ ਆ, ਉਹਨਾਂ ਦਾ ਅਕਸਰ ਸਟਾਈਲ ਆ ਬੀਟ ਦਾ ਬੜਾ ਸੋਹਣਾ। ਅਤੇ ਜਿਹੜਾ ਮੇਰਾ ਗਾਣਾ ਇੱਕ ਸੈਡ ਆ, ਇੱਕ ਰੋਮਾਂਟਿਕ ਆ, ਹੈਪੀ ਹੈਪੀ, ਉਹ ਵੀ ਬੜਾ ਇੱਕ ਅਲੱਗ ਮੂਡ ਦਾ ਗਾਣਾ ਸੀ, ਇੱਕ ਟੇਸ਼ਨ ਟਾਈਟਲ ਗਾਣਾ। ਡਿਫਰੈਂਟ ਗਾਣੇ ਜੀ, ਸਾਰਿਆਂ ਨੂੰ ਪਸੰਦ ਆ ਰਹੇ ਜੀ। ਅਤੇ ਭਾਅ ਜੀ, ਹੁਣ ਫਿਲਮ ਦੇ ਮਿਊਜ਼ਿਕ ਦੀ ਗੱਲ ਚੱਲੀ ਹੈ, ਤਾਂ ਅੱਗੇ ਵਧਣ ਤੋਂ ਪਹਿਲਾਂ 2 ਲਾਈਨਾਂ ਸਾਡੇ ਫੈਨਸ ਵਾਸਤੇ ਫਿਲਮ ਦੇ ਕਿਸੇ ਗਾਣੇ ਦੀਆਂ। ਹਾਂਜੀ। ਫਿਲਮ ਦਾ ਗਾਣਾ ਜੀ ਹੈਪੀ ਹੈਪੀ ਮੈਂ ਸੁਣਾਉਂਦਾ। ਅੱਛਾ, ਠੀਕ ਹੈ।
ਓਏ ਚੰਨ ਨਾਲੋਂ ਸੋਹਣੀ ਨੀ ਪਿਆਰ ਤਾਰੇ ਨਾਲ ਪਾਲਿਆ ਓਏ ਬੜੀ ਮਿਹਰਬਾਨੀ ਤੇਰੀ ਤੂੰ ਸਾਨੂੰ ਅਪਣਾ ਲਿਆ ਨਵੀਆਂ ਉਮੀਦਾਂ ਵਿੱਚ ਬਹਿਣ ਲੱਗਿਆ ਬਹਿਣ ਲੱਗਿਆ ਜਿੱਦਣ ਦੀ ਤੂੰ ਮਿਲੇਗੀ ਹੈਪੀ 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 ਦਿਲ ਮੇਰਾ ਰਹਿਣ ਲੱਗਿਆ ਔਰ ਰਹਿਣ ਲੱਗਿਆ ਜਿੱਦਣ ਦੀ ਤੂੰ ਮਿਲੇਗੀ ਚੰਨ ਨਾਲੋਂ ਸੋਹਣੀ ਨੀ ਪਿਆਰ ਤਾਰੇ ਨਾਲ ਪਾਲਿਆ ਮੇਰੇ ਹਰ ਬੰਦਾ ਚਾਹੁੰਦਾ ਜੀ ਜਦੋਂ ਆਹ ਛੋਟੇ ਛੋਟੇ ਆਪਾਂ ਕਰਦੇ ਹਾਂ ਗਾਣੇ ਕਰਦੇ ਹਾਂ ਨਾ ਜਾਂ ਆਪਾਂ ਇੰਟਰਵਿਊਜ਼ ਕਰਦੇ ਹਾਂ ਆਪਾਂ ਆਪਣੇ ਆਪ ਨੂੰ ਫੋਨ 'ਤੇ ਦੇਖਦੇ ਹਾਂ ਟੀਵੀ 'ਤੇ ਦੇਖਦੇ ਹਾਂ ਹਰ ਬੰਦੇ ਨੂੰ ਇੱਦਾਂ ਹੁੰਦਾ ਕਿ ਮੈਂ ਵੀ ਵੱਡੇ ਪਰਦੇ 'ਤੇ ਦੇਖਾਂ ਹੈ ਨਾ ਅੱਛਾ ਸੋ ਮੇਰਾ ਵੀ ਸ਼ੌਂਕ ਸੀਗਾ ਜੀ ਸਾਰੇ ਸਿੰਗਰ ਕਰਦੇ ਜਿੰਨੇ ਵੀ ਆ ਸਾਰੇ ਮੇਰੇ ਭਰਾ ਨੇ ਜੀ ਵੱਡੇ ਅਤੇ ਉਹ ਇੱਕ ਚਾਹ ਵੀ ਹੁੰਦਾ ਅਤੇ ਜਿਹੜੀ ਟੇਸ਼ਨ ਆ ਉਹ ਮੈਨੂੰ ਇੱਕ ਲੱਗੀ ਬਹੁਤ ਵਧੀਆ ਇੱਕ ਮੈਨੂੰ ਮੇਰੇ ਵਰਗੀ ਲੱਗਦੀ ਸੀ ਕਹਾਣੀ ਅੱਛਾ ਵੀ ਮੈਨੂੰ ਲੱਗਦਾ ਵੀ ਹਾਂ ਮੈਂ ਕਰ ਸਕਦਾ ਅੱਛਾ ਤਾਂ ਵੀ ਠੀਕ ਹੈ ਤਾਂ ਤੁਹਾਡਾ ਬਚਪਨ ਤੋਂ ਹੀ ਸ਼ੌਂਕ ਸੀ ਐਕਟਿੰਗ ਦਾ ਨਹੀਂ 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 ਬਚਪਨ ਤੋਂ ਸ਼ੌਂਕ ਨਹੀਂ ਅੱਛਾ ਜਦੋਂ ਏ ਸੀ ਆਈ ਚਾਹੇ ਉਦੋਂ ਆ ਕੇ ਸ਼ੌਂਕ ਉਦੋਂ ਹੈ ਠੀਕ ਹੈ ਭਾਜੀ ਅਤੇ ਭਾਅ ਜੀ ਹੁਣ ਮੈਂ ਤੁਹਾਡੇ ਥੋੜ੍ਹੇ ਐਕਟਿੰਗ ਤੋਂ ਇਲਾਵਾ ਦੋ ਤਿੰਨ ਸਵਾਲ ਪੁੱਛਣਾ ਚਾਹਾਂਗਾ ਵੀ ਭਾਅ ਜੀ ਜਿੱਦਾਂ ਕਦੇ ਤੁਹਾਨੂੰ ਜਦੋਂ ਤੁਸੀਂ ਕਿਹਾ ਤੁਹਾਨੂੰ 4 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਅਤੇ ਇਸ ਤੋਂ ਪਹਿਲਾਂ ਕੋਈ ਸਟਰਗਲ ਦੇ ਬਾਰੇ ਆਪਣੀ ਕੁਝ ਦੱਸੋ ਕਿੱਦਾਂ ਦੀ ਤੁਹਾਡੀ ਸਟਰਗਲ ਰਹੀ ਹੈ ਗਾਣੇ ਹੁਣ ਤਾਂ ਹਰ ਸਿੰਗਰ ਤੁਹਾਡੇ ਗਾਣੇ ਗਾ ਰਿਹਾ ਅੱਜ ਕੱਲ੍ਹ ਬਹੁਤ ਸ਼ੁਕਰੀਆ ਹਾਂਜੀ ਅਤੇ ਭਾਅ ਜੀ ਪਹਿਲਾਂ ਇਸ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ ਜੋ ਸਟਰਗਲ ਹੋਈ ਹੈ ਸਾਡੇ ਫੈਨਸ ਨੂੰ ਥੋੜ੍ਹਾ ਬਹੁਤ ਹਾਂਜੀ ਸਟਰਗਲ ਕਾਫੀ ਟਾਈਮ ਸਟਰਗਲ ਕੀਤੀ ਜੀ 8-9 ਸਾਲ ਹੋ ਗਏ ਮੈਨੂੰ ਲੱਗਦਾ ਹਾਲੇ ਵੀ ਸਟਰਗਲ ਕਰੀ ਜਾਂਦੇ ਜੀ ਹੁਣ ਅਗਾਂਹ ਵਧਣ ਵਾਲੇ ਹੋਰ ਇੱਥੇ ਤਾਂ ਲੈ ਕੇ ਆਉਣ ਵਾਲੇ ਮੇਰੇ ਸਰੋਤੇ ਨੇ ਮੈਨੂੰ ਚਾਹੁਣ ਵਾਲੇ ਜੀ ਗਾਂਹ ਵੀ ਉਹਨਾਂ ਨੇ ਲੈ ਕੇ ਆਉਣਾ ਬੜੀ ਮਿਹਨਤ ਚੱਲ ਰਹੀ ਹੈ ਹਾਲੇ ਵੀ 4 ਸਾਲ ਤੋਂ 2013 'ਚ ਮੇਰਾ ਪਹਿਲਾ ਗਾਣਾ ਆਇਆ ਸੀਗਾ ਜੀ ਰੋਸ਼ਨ ਤਸਵੀਰ ਨੇ ਗਾਇਆ ਸੀਗਾ ਅੱਛਾ ਕਿਹੜਾ ਗਾਣਾ ਸੀ ਭਾਅ ਜੀ ਤੇਰੇ ਠੁਮਕੇ ਨਚਾਈ ਜਾਂਦੇ ਨੇ ਗਾਣਾ ਇੰਨਾ ਚੱਲਿਆ ਨਹੀਂ ਸੀਗਾ ਜੀ ਅੱਛਾ ਫਿਰ ਦਲਜੀਤ ਬਾਈ ਦਾ ਗਾਣਾ ਆਇਆ ਸੀ ਗੁਰੂ ਗੋਬਿੰਦ ਜੀ ਪਿਆਰੇ ਹਾਂਜੀ ਉਹ ਵੀ ਠੀਕ ਹੀ ਰਿਹਾ ਜੀ ਉਹਦਾ ਵੀ ਇੰਨਾ ਮਿਲਿਕ ਨਹੀਂ ਫਿਰ ਉਸ ਤੋਂ ਬਾਅਦ ਪੁੱਤ ਜੱਟਾਂ ਦੀ ਫਿਲਮ ਆਈ ਸੀ ਜੱਟ ਬੋਇਜ਼ ਉਹ 'ਚ ਮੇਰੇ 2 ਗਾਣੇ ਆਏ ਸੀ ਉਹਨਾਂ ਤੋਂ ਥੋੜ੍ਹੇ ਜਿਹੇ ਇੰਡਸਟਰੀ ਵਾਲਿਆਂ ਨੂੰ ਪਤਾ ਲੱਗਣ ਲੱਗ ਗਿਆ ਸੀ ਅੱਛਾ ਫਿਰ ਥੋੜ੍ਹਾ ਜਿਹਾ ਕੰਮ ਮਿਲਣਾ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ ਸਟਰਗਲ ਹੀ ਸਟਰਗਲ ਸੀ ਅੱਛਾ ਮਤਲਬ 2013 'ਚ ਤੁਹਾਡਾ ਬ੍ਰੇਕ ਥਰੂ ਹੋਇਆ ਜੀ ਅਤੇ ਭਾਅ ਜੀ ਤੁਹਾਡੀ ਫੈਮਿਲੀ ਜਿੱਦਾਂ ਆਪਣੇ ਪੰਜਾਬ ਜਿਹੜੇ ਪੇਰੈਂਟਸ ਹੁੰਦੇ ਆ ਦੇਖਿਆ ਜਾਂਦਾ ਕਿ ਉਹ ਬੱਚਿਆਂ ਨੂੰ ਇਸ ਲਾਈਨ ਤੋਂ ਦੂਰ ਰੱਖਣਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਬੱਚਾ ਪੜ੍ਹੇ ਲਿਖੇ ਕੋਈ ਅੱਛੀ ਜੋਬ ਕਰੇ ਵੈਲ ਸੈਟਲਡ ਕੋਈ ਬਿਜ਼ਨਸ ਹੋਵੇ ਜਾਂ ਕੋਈ ਜੋਬ ਹੋਵੇ ਅਤੇ ਤੁਹਾਡੀ ਫੈਮਿਲੀ ਨੂੰ ਤੁਸੀਂ ਕਿੱਦਾਂ ਕਨਵਿੰਸ ਕੀਤਾ ਕਿ ਨਹੀਂ ਇਹੀ ਮੇਰੇ ਵਾਸਤੇ ਸਹੀ ਪ੍ਰੋਫੈਸ਼ਨ ਦੇਖੋ ਜੀ ਮਾਂ ਪਿਓ ਨੂੰ ਹਮੇਸ਼ਾ ਇੱਦਾਂ ਹੀ ਹੁੰਦਾ ਵੀ ਸਾਡਾ ਜਵਾਕ ਜੋ ਮਰਜ਼ੀ ਕਰੇ ਵਧੀਆ ਕਰੇ ਹਾਂਜੀ ਅਤੇ ਮੇਰੇ ਮਾਂ ਪਿਓ ਨੂੰ ਵੀ ਇੱਦਾਂ ਹੀ ਵੀ ਇਹ ਜੋ ਮਰਜ਼ੀ ਕਰੇ ਪਰ ਠੀਕ ਹੋਣਾ ਚਾਹੀਦਾ ਬੜੀਆਂ ਉਮੀਦਾਂ ਸੀ ਉਹਨਾਂ ਨੂੰ ਮੇਰੇ ਤੋਂ ਅੱਛਾ ਸ਼ੁਰੂ ਤੋਂ ਹੀ ਬੜੇ ਚੰਗੇ ਸੰਸਕਾਰ ਦਿੱਤੇ ਮਾਂ ਪਿਓ ਨੇ ਬੜਾ ਕੁਝ ਸਿੱਖਿਆ ਉਹਨਾਂ ਤੋਂ ਬੜੇ ਹਾਲਾਤ ਹੰਢਾਏ ਦੇ ਸੀ ਅੱਛਾ ਪਰ ਮੇਰੇ ਹਾਂ ਮੇਰੇ ਮੋਮ ਡੈਡੀ ਨੂੰ ਜੋ ਵੀ ਹੋਈ ਉਹਨਾਂ ਨੂੰ ਇੱਦਾਂ ਹੀ ਵੀ ਜੋ ਮਰਜ਼ੀ ਕਰੇ ਹਾਂਜੀ ਪਰ ਕਰੇ ਵਧੀਆ ਠੀਕ ਹੈ ਪਰ ਮੈਂ ਮੇਰੇ ਨਾਲ ਨਾਲ ਮੇਰਾ ਨਾਨਕਾ ਪਰਿਵਾਰ ਸਾਰਾ ਅਸੀਂ ਇਨਵੋਲਵ ਸੀ ਮੇਰਾ ਜ਼ਿਆਦਾ ਪਿਆਰ ਮੇਰੇ ਨਾਨਕੇ ਨਾਲ ਹੈ ਮੈਂ ਜਦੋਂ ਵੀ ਜਾਣੀ ਕਿ ਫਰੀ ਟਾਈਮ ਮੈਨੂੰ ਛੁੱਟੀਆਂ ਹੁੰਦੀਆਂ ਸੀ ਮੈਂ ਉਦੋਂ ਵੀ ਨਾਨਕੇ ਜਾਂਦਾ ਸੀ ਅਤੇ ਹੁਣ ਵੀ ਮੈਂ ਜਦੋਂ ਫਰੀ ਹੁੰਦਾ ਮੈਂ ਜ਼ਿਆਦਾ ਪਿੰਡ ਹੀ ਜਾਂਦਾ ਉਹ ਇਹ ਚੀਜ਼ ਨੂੰ ਨਹੀਂ ਚੰਗਾ ਸਮਝਦੇ ਅੱਛਾ ਮੈਂ ਕਿਉਂਕਿ ਮੈਂ ਪਹਿਲਾਂ ਭੰਗੜਾ ਪਾਉਂਦਾ ਹੁੰਦਾ ਸੀਗਾ ਜੀ ਅੱਛਾ ਕਾਫੀ ਕੰਪੀਟੀਸ਼ਨ ਜੀ ਜੂਨੀਅਰ ਭੰਗੜਾ ਪਾਇਆ ਅੱਛਾ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਸੀਗਾ ਵੀ ਇਹ ਭੰਗੜੇ ਭੁੰਗੜੇ 'ਚ ਪਾਉਂਦਾ ਵੀ ਸਾਡਾ ਫੀਲਡ ਬਦਨਾਮ ਬਹੁਤ ਹੈ ਕਿਤੇ ਨਸ਼ਿਆਂ ਨਸ਼ਿਆਂ ਦੇ ਨਾਲ ਲੱਗ ਜਾਂਦਾ ਹਾਂਜੀ ਅਤੇ ਉਹ ਮੈਨੂੰ ਇਹ ਚੀਜ਼ ਤੋਂ ਰੋਕਦੇ ਸੀਗੇ ਉਦੋਂ ਪਰ ਇਹ ਇੱਕ ਜਿਹੜੀ ਹੁੰਦੀ ਹੈ ਨਾ ਚਿਟਕ ਲੱਗੀ ਹੁੰਦੀ ਹੈ ਚਿਟਕ ਜੀ ਇੱਕ ਹਾਂਜੀ
ਉਹ ਇੱਕ ਬਾਕੀ ਮਾਲਕ ਨੂੰ ਪਤਾ ਹੁੰਦਾ, ਉਹਨੇ ਧੁਰੋਂ ਲਿਖਿਆ ਹੁੰਦਾ ਸਾਰਾ ਵੀ ਇਹਦਾ ਆਹ ਸਿਸਟਮ ਜਿਹਾ ਸੈੱਟ ਕਰਕੇ ਭੇਜਣਾ। ਹਾਂਜੀ, ਅਤੇ ਉਹ ਫਿਰ ਹੌਲੀ ਹੌਲੀ ਇੱਧਰ ਨੂੰ ਹੋ ਗਏ। ਠੀਕ ਹੈ ਜੀ ਭਾਈ, ਹੁਣ ਇੱਕ ਸਵਾਲ ਹੈ, ਮੈਂ ਬਹੁਤ ਟਾਈਮ ਤੋਂ ਤੁਹਾਡੇ ਤੋਂ ਪਰਸਨਲੀ ਵੀ ਇਹ ਚੀਜ਼ ਪੁੱਛਣਾ ਚਾਹੁੰਦਾ ਸੀ, ਜਿਵੇਂ ਅੱਜ ਮੈਂ ਦੇਖਣਾ ਵੀ ਸਾਰੇ ਪਾਸੇ ਹੈਪੀ ਹੈਪੀ ਹੋਈ ਪਈ ਹੈ। ਹਾਂਜੀ, ਅਤੇ ਭਾਅ ਜੀ ਮੈਂ ਪਰਸਨਲੀ ਤੁਹਾਨੂੰ ਦੱਸਣਾ ਕਿ ਚੈਨਲਸ 'ਤੇ ਜਦੋਂ ਮਿਊਜ਼ਿਕ ਚੈਨਲਸ 'ਤੇ ਗਾਣੇ ਸੁਣਨਾ, ਮੈਂ ਭਾਅ ਜੀ ਬੈਕ ਟੂ ਬੈਕ 6 ਗਾਣੇ ਸੁਣੇ ਆ ਤੁਹਾਡੇ ਲਿਖੇ ਜਾਂ ਤੁਹਾਡੇ ਗਾਏ ਹੋਏ। ਅਤੇ ਭਾਅ ਜੀ ਕਦੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਰਿਗਰੈਟ ਹੁੰਦਾ ਕਿ ਯਾਰ ਇਹ ਸਾਰੇ ਗਾਣੇ ਮੈਂ ਆਪ ਹੀ ਗਾ ਗਏ ਸੀ, ਮੈਂ ਸਿੰਗਰਾਂ ਨੂੰ ਕਿਉਂ ਦਿੱਤੇ ਗਾਣੇ? ਨਹੀਂ, ਇੱਦਾਂ ਨਹੀਂ ਹੁੰਦਾ ਜੀ। ਅੱਛਾ, ਗਾਣੇ ਕਈ ਵਾਰੀ ਮੈਂ ਬਹੁਤ ਲਿਖ ਲੈਂਦਾ ਜੀ, ਮੈਂ ਕੁਦਰਤੀ ਹੁੰਦਾ ਜੀ, ਉਹ ਮਾਲਕ ਨਹੀਂ, ਪਰ ਮੈਨੂੰ ਕਿਉਂਕਿ ਨਾ ਹਰ ਗਾਣਾ ਹਰ ਬੰਦੇ ਲਈ ਬਣਿਆ, ਅਲੱਗ ਅਲੱਗ ਬੰਦੇ ਲਈ ਬਣਿਆ, ਹਰ ਬੰਦੇ ਲਈ ਨਹੀਂ ਬਣਿਆ, ਸੋਰੀ ਹੈ ਨਾ। ਹੁਣ ਕਈ ਗਾਣੇ ਮੇਰੀ ਵੋਕਲ ਨੂੰ ਸੂਟ ਕਰਦੇ, ਉਹ ਮੈਂ ਆਪਣੇ ਲਈ ਗੱਲ ਰੱਖ ਲੈਂਦਾ, ਹੈ ਨਾ। ਮੈਨੂੰ ਲੱਗਦਾ ਆਹ ਗਾਣਾ ਜੱਸੀ ਵੀਰਾ ਵਧੀਆ ਕਰ ਸਕਦਾ, ਤਾਂ ਜੱਸੀ ਬਾਈ ਗਾ ਲੈਂਦਾ। ਅੱਛਾ, ਕਈ ਗਾਣੇ ਬਹੁਤ ਘੈਂਟ ਤਰੀਕੇ, ਜਿਵੇਂ ਖੜਕਵੇਂ ਗਾਣੇ ਹੁੰਦੇ, ਉਹ ਮੈਨੂੰ ਲੱਗਦਾ ਗਿੱਪੀ ਬਾਈ ਗਾ ਸਕਦਾ, ਗਿੱਪੀ ਬਾਈ ਗਾ ਸਕਦਾ, ਹੈ ਨਾ ਜੀ। ਸਟਾਈਲ ਹੁੰਦਾ ਹਰ ਗਾਣੇ ਦਾ। ਅੱਛਾ, ਹੁਣ ਰਾਜ ਸਾਹਿਬ ਦਾ ਗਾਣਾ ਕੀਤਾ ਸੀ ਅਸੀਂ, ਉਹਨੇ ਉਹਨਾਂ ਦਾ ਇੱਕ ਅਲੱਗ ਸਟਾਈਲ ਸੀ। ਹਰ ਗਾਣੇ ਦਾ ਸਟਾਈਲ ਆ, ਉਹਨੂੰ ਹਰ ਬੰਦੇ ਦੀ ਵੋਕਲ ਸੂਟ ਨਹੀਂ ਕਰਦੀ, ਅਲੱਗ ਅਲੱਗ ਬੰਦੇ ਚਾਹੀਦੇ। ਮੈਨੂੰ ਨਹੀਂ ਕਦੇ ਇੱਦਾਂ ਹੋਇਆ ਵੀ ਆਹ ਗਾਣਾ ਮੈਂ ਵੀ, ਆਹ ਵੀ ਮੈਂ ਕਰਦਾ, ਉਹ ਵੀ ਮੈਂ ਕਰਦਾ, ਫਿਰ ਤਾਂ ਹੀ ਮੈਨੂੰ ਲੱਗਦਾ ਸ਼ਾਇਦ ਉਹ ਅੱਗੇ ਵਧਣ ਦਾ ਕਾਰਨ ਵੀ ਇਹੀ ਹੈ, ਜੇ ਮੈਂ ਇੱਦਾਂ ਸੋਚਿਆ ਤਾਂ ਫਿਰ ਮੈਂ ਘਰੇ ਰਹਿ ਜਾਣਾ। ਹਾਂਜੀ ਹਾਂਜੀ। ਅਤੇ ਭਾਅ ਜੀ ਹੁਣ ਜਿਵੇਂ ਤੁਹਾਡੇ 2 ਗਾਣੇ ਆਏ ਆ ਜਿਹੜੇ ਲਾਸਟ, ਉਹ ਯੂਥ ਦੇ ਲਈ, ਉਹਦੇ 'ਚ ਬੜਾ ਅੱਛਾ ਮੈਸੇਜ ਸੀ। ਇੱਕ ਗਾਣਾ ਸੀ ਇੱਕ ਸੁਨੇਹਾ, ਅਤੇ ਇੱਕ ਗਾਣਾ ਤੁਹਾਡਾ ਉਸ ਤੋਂ ਪਹਿਲਾਂ ਆਇਆ ਸੀ ਦਾਰੂ ਦੂਰੂ ਪੀਂਦਾ ਹੋਵੇ। ਹਾਂਜੀ ਹਾਂਜੀ। ਅਤੇ ਭਾਅ ਜੀ ਆਪਣੇ ਪੰਜਾਬ 'ਚ ਇਹੀ 2 ਚੀਜ਼ਾਂ ਅੱਜ ਕੱਲ੍ਹ ਜੋ ਬਹੁਤ ਜ਼ਿਆਦਾ ਫੈਲੀ ਹੈ, ਜਾਂ ਮੁੰਡੇ ਬਾਹਰ ਜਾਣਾ ਚਾਹੁੰਦੇ ਆ ਜਾਂ ਮੁੰਡੇ ਨਸ਼ਿਆਂ 'ਚ ਪੈ ਗਏ ਆ, ਅਤੇ ਤੁਸੀਂ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਵਾਲੇ ਮੈਨੂੰ ਲੱਗਦਾ ਨਹੀਂ, ਵੈਸੇ ਮੈਂ ਐਡੀ ਜੋਗਾ ਹੈਗਾ ਜੀ ਮੈਸੇਜ ਦੇਣ ਜੋਗਾ, ਤਾਂ ਹਾਲੇ ਤਾਂ ਹੋਇਆ ਨਹੀਂ। ਪਰ ਫਿਰ ਵੀ ਮੈਂ ਇੱਕ ਆਪਣੇ ਮੇਰੇ ਸਾਰੇ ਵੱਡੇ ਭਰਾ ਹੋਣ ਦੇ ਨਾਤੇ, ਜਾਂ ਜਿਹੜੇ ਮੇਰੇ ਤੋਂ ਛੋਟੇ ਹੋਣਗੇ, ਵੈਸੇ ਤਾਂ ਮੈਂ ਸਾਰਿਆਂ ਤੋਂ ਛੋਟਾ ਮੈਨੂੰ ਲੱਗਦਾ, ਉਹ ਇਹੀ ਮੈਸੇਜ ਆ ਜੀ ਵੀ ਆਪਣਾ ਇੱਕ ਘਰ ਪਰਿਵਾਰ ਬਾਰੇ ਸੋਚ ਕੇ ਥੋੜ੍ਹਾ ਜਿਹਾ ਚੱਲਿਆ ਕਰੋ। ਮੈਨੂੰ ਵੀ ਮੈਂ ਬੜੇ ਆਪਣੇ ਮਾਂ ਪਿਓ ਨੂੰ ਸੋਚ ਕੇ ਇੱਥੇ ਤਾਂ ਹੀ ਮੈਨੂੰ ਲੱਗਦਾ ਅਸੀਂ ਪਹੁੰਚੇ ਜੀ, ਨਸ਼ਿਆਂ ਤੋਂ ਵਾਕਿਆ ਦੂਰ ਰਹਿਣਾ ਚਾਹੀਦਾ, ਜਿਵੇਂ ਦਾਰੂ ਦੂਰੂ ਪੀਂਦਾ ਹੋਵੇ ਚੱਲ ਜੂ ਚਿੱਟੇ ਤੋਂ ਭਰੇ ਚਾਹੀਦਾ, ਉਹ ਵੀ ਅਸਲ 'ਚ ਇੱਕ ਕਰਾਰੀ ਚੋਟ ਆ। ਕਈ ਵਾਰੀ ਸਾਨੂੰ ਕਹਿੰਦੇ ਵੀ ਬਾਈ ਅੱਛਾ ਤੁਸੀਂ ਗਾਣਾ ਕੀਤਾ, ਅੱਛਾ ਦਾਰੂ ਪੀ ਲੈਣੀ ਚਾਹੀਦੀ ਆ। ਅੱਛਾ, ਹਾਂ, ਅਤੇ ਦਾਰੂ ਤਾਂ ਵੈਸੇ ਹੀ ਪੰਜਾਬ 'ਚ ਲੀਗਲ ਆ। ਹਾਂਜੀ, ਦਾਰੂ ਆਪਣੇ ਪੰਜਾਬ, ਜਿਹੜੀ ਚੀਜ਼ ਇਲੀਗਲ ਆ ਉਹ ਨਹੀਂ ਕਰਨੀ ਚਾਹੀਦੀ, ਦਾਰੂ ਸਾਡੇ ਪੰਜਾਬ 'ਚ ਲੀਗਲ ਆ। ਪਰ ਫਿਰ ਵੀ ਉਹ ਕਹਿੰਦਾ ਵੀ ਪੰਜਾਬ 'ਚ ਨਸ਼ਾ ਇੰਨਾ ਜ਼ਿਆਦਾ ਹੋ ਗਿਆ, ਲੋਕ ਕਹਿੰਦੇ ਅੱਛਾ ਦਾਰੂ ਦੂਰੂ ਪੀ ਲਿਆ ਕਰੋ ਭਰਾਵਾ ਚਿੱਟੇ ਤੋਂ ਤਾਂ ਬਚੇਗਾ। ਹਾਂਜੀ, ਸੋ ਉਹ ਚੀਜ਼ ਆ ਜੀ, ਸਾਰੇ ਮੈਂ ਸਾਰੇ ਨਸ਼ੇ ਹੀ ਮਾੜੇ ਆ, ਅਤੇ ਪਿਆਰ ਦਾ ਨਸ਼ਾ ਕਰਨਾ ਚਾਹੀਦਾ, ਇਸ਼ਕ ਦਾ ਨਸ਼ਾ ਕਰਨਾ ਚਾਹੀਦਾ, ਆਪਣੇ ਮਾਂ ਪਿਓ ਨਾਲ, ਭੈਣ ਭਰਾਵਾਂ ਨਾਲ, ਆਪਣੇ ਚਾਹਣ ਵਾਲਿਆਂ ਨਾਲ, ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ, ਬਸ ਇਹ ਨਸ਼ਾ ਕਰ। ਭਾਜੀ ਹੁਣ ਆਪਾਂ ਇੰਟਰਵਿਊ ਵੀ ਜਾਇਆ ਕਰੋ। ਹਾਂਜੀ ਭਾਜੀ, ਹੁਣ ਆਪਾਂ ਇੰਟਰਵਿਊ ਦੇ ਐਂਡ 'ਤੇ ਪਹੁੰਚ ਚੁੱਕੇ ਹਾਂ, ਜਾਂਦੇ ਜਾਂਦੇ ਇੱਕ ਛੋਟੀ ਜਿਹੀ ਰਿਕੁਐਸਟ ਹੈ ਸਾਡੇ ਫੈਨ ਵਾਸਤੇ, ਕੋਈ ਉਹ ਗਾਣਾ ਗਾ ਦਿਓ ਜਿਹਦੇ ਕਰਕੇ ਸਾਰਿਆਂ ਦੀ ਰੂਹ ਖੁਸ਼ ਹੋ ਜਾਵੇ, ਕੋਈ ਤੁਹਾਡਾ ਆਪਣਾ ਪਰਸਨਲ ਆਲ ਟਾਈਮ ਫੇਵਰੇਟ ਹੈ। ਹਾਂ, ਮੈਨੂੰ ਪੀਣ ਲਈ ਨਾ ਆਖੋ ਚਾਹ, ਹਾਲੇ ਤਾਂ ਆਬਾਦ ਨੇ ਮੈਨੂੰ ਮੇਰੇ ਬਾਪੂ ਦੇ, ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ, ਖੁਆਬ ਸਾਰੇ ਯਾਦ। ਵਾਹ ਭਾਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਤੁਸੀਂ ਸਾਨੂੰ ਟਾਈਮ ਦਿੱਤਾ। ਨਹੀਂ ਨਹੀਂ ਭਾਜੀ, ਥੈਂਕ ਯੂ ਸੋ ਮਚ ਸਾਡੇ ਸਾਰੇ ਚਾਹੁਣ ਵਾਲਿਆਂ ਦਾ, ਤੁਹਾਡਾ ਵੀ, ਤੁਸੀਂ ਸਾਰਿਆਂ ਦੇ ਵੀਡੀਓ ਕਰਵਾਉਂਦੇ ਜੀ, ਅਤੇ ਬਸ ਇੱਦਾਂ ਹੀ ਪਿਆਰ ਕਰਦੇ ਰਹੋ ਭਾਈ। 23 ਤਰੀਕ ਨੂੰ ਪਹਿਲੀ ਫਿਲਮ ਆ ਰਹੀ ਹੈ, ਸਾਰੇ ਜਾਣੇ ਦੇਖਣ ਜਾਇਓ, ਮੈਨੂੰ ਆਸ ਆ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ, ਵਧੀਆ ਫਿਲਮ ਬਣੀ ਹੈ।